ਅੱਜ ਆਪਾਂ ਕੰਪੇਅਰ ਜਾਣੀ ਕਿ ਤੁਲਨਾ ਕਰਾਂਗੇ ਜੀ ਕੈਨੇਡਾ ਤੇ ਆਸਟ੍ਰੇਲੀਆ ਦੇ ਵਿਚਕਾਰ, ਜਿਵੇਂ ਕਿ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਕਿਹਦਾ ਏਰੀਆ ਵੱਡਾ ਹੈ ਤੇ ਕਿਹਦਾ ਰਹਿਣ ਸਹਿਣ ਵਧੀਆ ਹੈ, ਇਹ ਦੋਵੇਂ ਦੇਸ਼ਾਂ ਨੂੰ ਕਮਾਈ ਕਿੱਥੋਂ ਹੁੰਦੀ ਹੈ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਦੇਸ਼ ਦੇ ਵਿੱਚ ਪੜ੍ਹਾਈ ਲਿਖਾਈ ਸਭ ਤੋਂ ਵਧੀਆ ਹੈ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹ ਦੋਨਾਂ ਦੇਸ਼ਾਂ ਦੇ ਵਿੱਚ ਕਿੱਥੋਂ ਦੇ ਲੋਕ ਜ਼ਿਆਦਾ ਪੈਸਾ ਕਮਾਉਂਦੇ ਨੇ, ਇਹਨਾਂ ਦੋਨੇ ਦੇਸ਼ਾਂ ਦੇ ਵਿੱਚ ਜਨਮ ਦਰ ਕਿੰਨੀ ਹੈ, ਕੈਨੇਡਾ ਦੇ ਪੱਕੇ ਦੋਸਤ ਕਿਹੜੇ ਕਿਹੜੇ ਦੇਸ਼ ਹਨ ਅਤੇ ਆਸਟ੍ਰੇਲੀਆ ਦੇ ਪੱਕੇ ਦੋਸਤ ਕਿਹੜੇ ਕਿਹੜੇ ਦੇਸ਼ ਹਨ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਬੇਰੋਜ਼ਗਾਰੀ ਕਿੱਥੇ ਜ਼ਿਆਦਾ ਹੈ ਤੇ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਗਰੀਬ ਲੋਕ ਕਿਸ ਦੇਸ਼ ਦੇ ਵਿੱਚ ਹਨ। ਅਜਿਹੇ ਇਹਨਾਂ ਦੇਸ਼ਾਂ ਦੇ ਬਾਰੇ ਰੌਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ, ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਕੀ ਹੋਵੇਗਾ ਜਦੋਂ ਇੱਕ ਸਾਈਡ ਨਾਰਥ ਅਮਰੀਕਾ ਦਾ ਇੱਕ ਬਹੁਤ ਹੀ ਸੋਹਣਾ ਤੇ ਡਿਵੈਲਪ ਦੇਸ਼ ਕੈਨੇਡਾ ਹੋਵੇ ਤੇ ਦੂਜੀ ਸਾਈਡ ਦੁਨੀਆ ਦਾ ਬਹੁਤ ਹੀ ਜ਼ਿਆਦਾ ਡਿਵੈਲਪ ਤੇ ਕਮਾਲ ਦਾ ਦੇਸ਼ ਆਸਟ੍ਰੇਲੀਆ ਹੋਵੇ? ਵੈਸੇ ਤਾਂ ਕੈਨੇਡਾ ਪੂਰੀ ਦੁਨੀਆ ਦੇ ਵਿੱਚ ਆਪਣੇ ਸਟੱਡੀ ਸਿਸਟਮ ਅਤੇ ਇੱਥੋਂ ਦੇ ਇਮਾਨਦਾਰ ਲੋਕਾਂ ਕਰਕੇ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਬਹੁਤ ਜ਼ਿਆਦਾ ਲੋਕ ਤਾਂ ਕੈਨੇਡਾ ਨੂੰ ਇੱਕ ਠੰਡੇ ਦੇਸ਼ ਦੇ ਰੂਪ ਵਿੱਚ ਵੀ ਜਾਣਦੇ ਹਨ ਤੇ ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਇੱਕ ਦੇਸ਼ ਹੋਣ ਦੇ ਨਾਲ ਨਾਲ ਇੱਕ ਮਹਾਦੀਪ ਵੀ ਹੈ। ਇਹ ਦੋਵੇਂ ਦੇਸ਼ਾਂ ਦਾ ਪੂਰੀ ਦੁਨੀਆ ਦੇ ਵਿੱਚ ਰੁਤਬਾ ਪਹਿਲੇ ਨੰਬਰਾਂ ਤੇ ਮੰਨਿਆ ਜਾਂਦਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਦੇ ਹਾਂ ਕੈਨੇਡਾ ਜ਼ਿਆਦਾ ਵਧੀਆ ਹੈ ਜਾਂ ਆਸਟ੍ਰੇਲੀਆ ਜ਼ਿਆਦਾ ਦਮ ਰੱਖਦਾ ਹੈ। ਇਸ ਵੀਡੀਓ ਦੇ ਵਿੱਚ ਅਸੀਂ ਕਈ ਕੈਟਾਗਰੀਆਂ ਦੇ ਹਿਸਾਬ ਨਾਲ ਦੋਨੇ ਦੇਸ਼ਾਂ ਨੂੰ ਆਪਸ ਵਿੱਚ ਕੰਪੇਅਰ ਜਾਣੀ ਕਿ ਦੋਨੇ ਦੇਸ਼ਾਂ ਦੀ ਆਪਸ ਦੇ ਵਿੱਚ ਤੁਲਨਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਨੋਮੀਨਲ ਜੀਡੀਪੀ ਦੀ। ਕਿਸੇ ਵੀ ਦੇਸ਼ ਦੀ ਤਰੱਕੀ ਦੇ ਲਈ ਸਭ ਤੋਂ ਪਹਿਲਾਂ ਇਹੀ ਚੀਜ਼ ਦੇਖੀ ਜਾਂਦੀ ਹੈ, ਕਿਉਂਕਿ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਦੇਸ਼ ਕਿੰਨਾ ਜ਼ਿਆਦਾ ਅੱਗੇ ਹੈ ਤੇ ਉੱਥੋਂ ਦੇ ਲੋਕਾਂ ਕੋਲ ਕਿੰਨਾ ਪੈਸਾ ਹੈ। ਕੈਨੇਡਾ ਦੇਸ਼ ਦੀ ਟੋਟਲ ਨੋਮੀਨਲ ਜੀਡੀਪੀ ਹੈ 1.812 ਟ੍ਰਿਲੀਅਨ ਅਮਰੀਕਨ ਡਾਲਰ। ਜੀਡੀਪੀ ਦੇ ਹਿਸਾਬ ਦੇ ਨਾਲ ਕੈਨੇਡਾ ਪੂਰੀ ਦੁਨੀਆ ਦੇ ਵਿੱਚ 10ਵੇਂ ਨੰਬਰ ਤੇ ਆਉਂਦਾ ਹੈ। ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੀ ਨੋਮੀਨਲ ਜੀਡੀਪੀ ਹੈ 1.375 ਟ੍ਰਿਲੀਅਨ ਯੂਐਸ ਡਾਲਰ। ਇਸ ਜੀਡੀਪੀ ਦੇ ਹਿਸਾਬ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਸਟ੍ਰੇਲੀਆ ਦਾ ਰੈਂਕ ਬਣਦਾ ਹੈ ਜੀ 13, ਜਦਕਿ ਕੈਨੇਡਾ ਦਾ ਰੈਂਕ ਹੈ ਜੀ 10। ਜਾਣੀ ਕਿ ਇਸ ਜੀਡੀਪੀ ਦੇ ਹਿਸਾਬ ਦੇ ਨਾਲ ਕੈਨੇਡਾ ਆਸਟ੍ਰੇਲੀਆ ਤੋਂ ਅੱਗੇ ਜ਼ਰੂਰ ਹੈ, ਪਰ ਇਹਨਾਂ ਦੇ ਵਿੱਚ ਫਰਕ ਬਹੁਤ ਘੱਟ ਹੈ। 2019-2020 ਦੇ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਇੱਥੋਂ ਦੀ ਜੀਡੀਪੀ ਗਰੋਥ ਰੇਟ ਹੈ ਜੀ 1.9%। ਉੱਥੇ ਆਸਟ੍ਰੇਲੀਆ ਦੇ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਉੱਥੋਂ ਦੀ ਜੀਡੀਪੀ ਦੀ ਗਰੋਥ ਰੇਟ ਹੈ 2.9%। ਹੁਣ ਆਪਾਂ ਗੱਲ ਕਰਦੇ ਹਾਂ ਜੀ ਜੀਡੀਪੀ ਪਰ ਕੈਪੀਟਾ ਦੀ। ਇਹ ਚੀਜ਼ ਨੋਮੀਨਲ ਜੀਡੀਪੀ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਨੋਮੀਨਲ ਜੀਡੀਪੀ ਦੇ ਵਿੱਚ ਤਾਂ ਉਹ ਵੀ ਦੇਸ਼ ਅੱਗੇ ਰਹਿ ਸਕਦਾ ਹੈ ਜਿਸ ਦੀ ਆਬਾਦੀ ਜ਼ਿਆਦਾ ਹੈ, ਪਰ ਇਸ ਦੇ ਵਿੱਚ ਪਰ ਵਿਅਕਤੀ ਦੇ ਹਿਸਾਬ ਦੇ ਨਾਲ ਜੀਡੀਪੀ ਤੈਅ ਕੀਤੀ ਜਾਂਦੀ ਹੈ। 2020 ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੀ ਟੋਟਲ ਜੀਡੀਪੀ ਪਰ ਕੈਪੀਟਾ 47,931 ਯੂਐਸ ਡਾਲਰ ਹੈ। ਇਸ ਮਾਮਲੇ ਦੇ ਵਿੱਚ ਕੈਨੇਡਾ ਦੀ ਰੈਂਕਿੰਗ ਹੈ ਪੂਰੀ ਦੁਨੀਆ ਦੇ ਵਿੱਚ ਨੰਬਰ 17 ਦੀ। ਉੱਥੇ ਹੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੇਸ਼ ਦੀ ਜੀਡੀਪੀ ਪਰ ਕੈਪੀਟਾ ਹੈ 52,952 ਯੂਐਸ ਡਾਲਰ ਤੇ ਪੂਰੀ ਦੁਨੀਆ ਦੇ ਵਿੱਚ ਆਸਟ੍ਰੇਲੀਆ ਦੀ ਰੈਂਕਿੰਗ ਹੈ ਜੀ ਨੰਬਰ 10 ਦੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਕਿਸ ਦੇਸ਼ ਦੇ ਕੋਲ ਜ਼ਿਆਦਾ ਏਰੀਆ ਹੈ। ਕੈਨੇਡਾ ਇੱਕ ਬਹੁਤ ਹੀ ਸੋਹਣਾ ਦੇਸ਼ ਹੈ, ਇਸ ਦਾ ਕੁੱਲ ਮਿਲਾ ਕੇ ਏਰੀਆ ਹੈ 99,84,670 ਸਕੁਏਅਰ ਕਿਲੋਮੀਟਰ। ਏਰੀਆ ਦੇ ਹਿਸਾਬ ਦੇ ਨਾਲ ਕੈਨੇਡਾ ਰਸ਼ੀਆ ਤੋਂ ਬਾਅਦ ਪੂਰੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਹਾਲਾਂਕਿ ਕੈਨੇਡਾ ਦੇ ਪੂਰੇ ਏਰੀਆ ਦੇ ਵਿੱਚ 8.92% ਏਰੀਆ ਤਾਂ ਅਜਿਹਾ ਹੈ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਢੱਕਿਆ ਹੋਇਆ ਹੈ। ਉੱਥੇ ਹੀ ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਤਾਂ ਇਹ ਦੇਸ਼ 76,92,024 ਸਕੁਏਅਰ ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲਿਆ ਹੋਇਆ ਹੈ ਤੇ ਏਰੀਏ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਪੂਰੀ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਦੇਸ਼ ਹੈ। ਆਸਟ੍ਰੇਲੀਆ ਦੇ ਪੂਰੇ ਏਰੀਏ ਦੇ ਵਿੱਚ ਸਿਰਫ ਪਾਣੀ ਨਾਲ ਢੱਕਿਆ ਹੋਇਆ ਏਰੀਆ ਹੈ 0.76%। ਆਸਟ੍ਰੇਲੀਆ ਦੇਸ਼ ਦਾ ਵੀ ਜ਼ਿਆਦਾਤਰ ਏਰੀਆ ਕੈਨੇਡਾ ਦੇ ਵਾਂਗੂ ਜੰਗਲਾਂ ਦੇ ਨਾਲ ਢੱਕਿਆ ਹੋਇਆ ਹੈ। ਆਸਟ੍ਰੇਲੀਆ ਦੇਸ਼ ਦੇ ਬਹੁਤ ਵੱਡੇ ਭਾਗ ਦੇ ਵਿੱਚ ਤਾਂ ਕੱਲਾ ਰੇਗਿਸਤਾਨ ਹੀ ਹੈ, ਜਾਣੀ ਕਿ ਉੱਥੇ ਆਲੇ ਦੁਆਲੇ ਰੇਤਾ ਹੀ ਫੈਲਿਆ ਹੋਇਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਦੋਨੇ ਦੇਸ਼ਾਂ ਦੀ ਆਬਾਦੀ ਦੇ ਬਾਰੇ। 2020 ਦੇ ਅੱਧ ਦੀ ਰਿਪੋਰਟ ਦੇ ਅਨੁਸਾਰ ਕੈਨੇਡਾ ਦੇਸ਼ ਦੀ ਟੋਟਲ ਆਬਾਦੀ ਹੈ 3,79,71,000 ਦੇ ਆਸ ਪਾਸ। ਇਸ ਤਰ੍ਹਾਂ ਆਬਾਦੀ ਦੇ ਹਿਸਾਬ ਦੇ ਨਾਲ ਕੈਨੇਡਾ ਪੂਰੀ ਦੁਨੀਆ ਦੇ ਵਿੱਚ ਆਉਂਦਾ ਹੈ 38 ਨੰਬਰ ਤੇ। ਉੱਥੇ ਹੀ ਆਸਟ੍ਰੇਲੀਆ ਇਸ ਦੇਸ਼ ਦੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਆਬਾਦੀ ਹੈ 2,56,39,400। ਪੂਰੀ ਦੁਨੀਆ ਦੇ ਵਿੱਚ ਆਬਾਦੀ ਦੇ ਹਿਸਾਬ ਦੇ ਨਾਲ ਆਸਟ੍ਰੇਲੀਆ ਆਉਂਦਾ ਹੈ ਜੀ 54 ਨੰਬਰ ਤੇ। ਇਹ ਦੋਵੇਂ ਹੀ ਦੇਸ਼ਾਂ ਕੋਲ ਏਰੀਆ ਤਾਂ ਬਹੁਤ ਜ਼ਿਆਦਾ ਹੈ, ਪਰ ਇਹਨਾਂ ਕੋਲ ਆਬਾਦੀ ਬਹੁਤ ਹੀ ਜ਼ਿਆਦਾ ਘੱਟ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ HDI ਜਾਣੀ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ। ਮੇਰੇ ਆਪਣੇ ਪਰਸਨਲ ਓਪੀਨੀਅਨ ਦੇ ਹਿਸਾਬ ਦੇ ਨਾਲ ਇਹ ਇੰਡੈਕਸ ਕਿਸੇ ਵੀ ਦੇਸ਼ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਹਰ ਇੱਕ ਵੱਡੀ ਚੀਜ਼ ਆ ਜਾਂਦੀ ਹੈ ਤੇ ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉੱਥੋਂ ਦੇ ਲੋਕ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਨ। HDI ਦੀ ਰਿਪੋਰਟ ਹਰ ਸਾਲ 3 ਖਾਸ ਚੀਜ਼ਾਂ
ਚੀਜ਼ਾਂ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ। ਇਹ ਤਿੰਨ ਚੀਜ਼ਾਂ ਹਨ ਜੀ, ਲਾਈਫ ਐਕਸਪੈਕਟੈਂਸੀ ਯਾਨੀ ਜ਼ਿੰਦਗੀ ਜਿਉਣ ਦੀ ਸੰਭਾਵਨਾ, ਐਜੂਕੇਸ਼ਨ ਲੈਵਲ ਯਾਨੀ ਕਿ ਪੜ੍ਹਾਈ ਲਿਖਾਈ, ਤੇ ਪਰ ਕੈਪੀਟਾ ਇਨਕਮ ਯਾਨੀ ਕਿ ਪ੍ਰਤੀ ਵਿਅਕਤੀ ਆਮਦਨ। ਤਾਜ਼ਾ ਰਿਪੋਰਟਾਂ ਦੇ ਅਨੁਸਾਰ ਕੈਨੇਡਾ ਦਾ HDI ਸਕੋਰ ਹੈ 0.922, ਜਿਹੜਾ ਕਿ ਬਹੁਤ ਹੀ ਜ਼ਿਆਦਾ ਹਾਈ ਨੰਬਰਾਂ ਦੇ ਉੱਤੇ ਆਉਂਦਾ ਹੈ। HDI ਦੇ ਹਿਸਾਬ ਦੇ ਨਾਲ ਕੈਨੇਡਾ ਪੂਰੀ ਦੁਨੀਆ ਦੇ ਵਿੱਚ ਆਉਂਦਾ ਹੈ ਜੀ ਨੰਬਰ 13 ਤੇ। ਉੱਥੇ ਹੀ ਆਸਟ੍ਰੇਲੀਆ ਇਸ ਦੇਸ਼ ਦਾ HDI ਸਕੋਰ ਹੈ ਜੀ 0.938, ਯਾਨੀ ਕਿ ਇਸ ਦਾ ਨੰਬਰ ਕੈਨੇਡਾ ਤੋਂ ਵੀ ਉੱਪਰ ਹੈ। ਤੇ ਆਸਟ੍ਰੇਲੀਆ ਦੀ ਰੈਂਕਿੰਗ ਪੂਰੀ ਦੁਨੀਆ ਦੇ ਵਿੱਚ ਨੰਬਰ 6 ਦੀ ਹੈ। ਇਸ ਇੰਡੈਕਸ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਤੋਂ ਕਾਫੀ ਜ਼ਿਆਦਾ ਅੱਗੇ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੋਨੇ ਦੇਸ਼ਾਂ ਦੀ ਲਿਟਰੇਸੀ ਰੇਟ ਯਾਨੀ ਕਿ ਸਾਖਰਤਾ ਦਰ ਦੀ। ਕਿਸੇ ਵੀ ਡਿਵੈਲਪ ਦੇਸ਼ ਦੀ ਸਾਖਰਤਾ ਦਰ ਯਾਨੀ ਕਿ ਲਿਟਰੇਸੀ ਰੇਟ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਲੋਕ ਪੜ੍ਹੇ ਲਿਖੇ ਨਹੀਂ ਹੋਣਗੇ ਤਾਂ ਉਹ ਦੇਸ਼ ਕਦੇ ਵੀ ਅੱਗੇ ਨਹੀਂ ਵੱਧ ਸਕੇਗਾ। ਰਿਪੋਰਟਾਂ ਦੇ ਅਨੁਸਾਰ ਕੈਨੇਡਾ ਦਾ ਲਿਟਰੇਸੀ ਰੇਟ ਹੈ ਜੀ 99%, ਜਿਹੜਾ ਕਿ ਬਹੁਤ ਜ਼ਿਆਦਾ ਯਾਨੀ ਕਿ ਬਹੁਤ ਜ਼ਿਆਦਾ ਹੀ ਵਧੀਆ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਕੈਨੇਡਾ ਸਰਕਾਰ ਦੇ ਐਜੂਕੇਸ਼ਨ ਬਜਟ ਦੀ ਗੱਲ ਕਰੀਏ ਤਾਂ ਐਵਰੇਜ ਤੌਰ ਤੇ ਕੈਨੇਡਾ ਦੇ ਟੋਟਲ GDP ਦਾ 6.2% ਐਜੂਕੇਸ਼ਨ ਦੇ ਉੱਪਰ ਹੀ ਖਰਚ ਕੀਤਾ ਜਾਂਦਾ ਹੈ। ਇਸ ਲਈ ਹੀ ਕੈਨੇਡਾ ਦੇਸ਼ ਦਾ ਸਟੱਡੀ ਸਿਸਟਮ ਪਹਿਲੇ ਨੰਬਰਾਂ ਤੇ ਆਉਂਦਾ ਹੈ। ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੇਸ਼ ਦਾ ਵੀ ਲਿਟਰੇਸੀ ਰੇਟ ਹੈ ਜੀ 99%, ਯਾਨੀ ਕਿ ਇਹ ਦੋਵੇਂ ਹੀ ਦੇਸ਼ ਪੜ੍ਹਾਈ ਲਿਖਾਈ ਦੇ ਵਿੱਚ ਕਾਫੀ ਅੱਗੇ ਹਨ। ਆਸਟ੍ਰੇਲੀਆ ਵੀ ਹਰ ਸਾਲ ਆਪਣੇ ਟੋਟਲ GDP ਦਾ 5.3% ਐਜੂਕੇਸ਼ਨ ਯਾਨੀ ਕਿ ਪੜ੍ਹਾਈ ਲਿਖਾਈ ਦੇ ਉੱਪਰ ਹੀ ਖਰਚ ਕਰਦਾ ਹੈ। ਇਸ ਲਈ ਹੀ ਇਹਨਾਂ ਦੋਨੇ ਦੇਸ਼ਾਂ ਦਾ ਐਜੂਕੇਸ਼ਨ ਸਿਸਟਮ ਇੰਨਾ ਜ਼ਿਆਦਾ ਵਧੀਆ ਬਣ ਗਿਆ ਹੈ, ਕਿਉਂਕਿ ਆਪਣੇ ਬਜਟ ਦਾ ਕਾਫੀ ਵੱਡਾ ਹਿੱਸਾ ਪੜ੍ਹਾਈ ਲਿਖਾਈ ਦੇ ਉੱਪਰ ਖਰਚ ਕਰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੋਨੇ ਦੇਸ਼ਾਂ ਦੇ GDP ਸੋਰਸ ਦੀ। ਸੌਖੀ ਭਾਸ਼ਾ ਦੇ ਵਿੱਚ ਕਿਹਾ ਜਾਵੇ ਤਾਂ ਇਹ ਦੋਨੇ ਦੇਸ਼ ਕਿੱਥੋਂ ਪੈਸਾ ਕਮਾਉਂਦੇ ਹਨ। ਕੈਨੇਡਾ ਦੇਸ਼ ਦੀ GDP ਦਾ 70% ਹਿੱਸਾ ਆਉਂਦਾ ਹੈ ਜੀ ਸਰਵਿਸਿਸ ਤੋਂ। ਕੈਨੇਡਾ ਦੀ 28% GDP ਆਉਂਦੀ ਹੈ ਜੀ ਇੰਡਸਟਰੀ ਤੋਂ। 2% ਤੋਂ ਥੋੜ੍ਹੀ ਘੱਟ GDP ਖੇਤੀਬਾੜੀ ਯਾਨੀ ਕਿ ਐਗਰੀਕਲਚਰ ਤੋਂ ਆਉਂਦੀ ਹੈ। ਉੱਥੇ ਜੇਕਰ ਆਪਾਂ ਆਸਟ੍ਰੇਲੀਆ ਦੇ GDP ਸੋਰਸ ਦੀ ਗੱਲ ਕਰੀਏ ਕਿ ਆਸਟ੍ਰੇਲੀਆ ਕਿੱਥੋਂ ਪੈਸਾ ਕਮਾਉਂਦਾ ਹੈ, ਤਾਂ ਆਸਟ੍ਰੇਲੀਆ ਦੀ 62% GDP ਸਰਵਿਸਿਸ ਤੋਂ ਆਉਂਦੀ ਹੈ। 8% ਆਉਂਦਾ ਹੈ ਜੀ ਕੰਸਟਰਕਸ਼ਨ ਤੋਂ। ਇੱਥੋਂ ਦੀ GDP ਦਾ 6% ਹਿੱਸਾ ਆਉਂਦਾ ਹੈ ਮਾਈਨਿੰਗ ਤੋਂ। ਨਾਲ ਹੀ ਆਸਟ੍ਰੇਲੀਆ ਦੇਸ਼ ਦੀ GDP ਦਾ 21% ਹਿੱਸਾ ਆਉਂਦਾ ਹੈ ਜੀ ਮੈਨੂਫੈਕਚਰਿੰਗ ਇੰਡਸਟਰੀ ਤੋਂ। ਇਸ ਤੋਂ ਬਿਨਾਂ ਆਸਟ੍ਰੇਲੀਆ ਦੇਸ਼ ਦੀ GDP ਦਾ 3% ਹਿੱਸਾ ਆਉਂਦਾ ਹੈ ਖੇਤੀਬਾੜੀ ਤੋਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੋਨੇ ਦੇਸ਼ਾਂ ਦੀ ਫਰਟੀਲਿਟੀ ਰੇਟ ਯਾਨੀ ਕਿ ਜਨਮ ਦਰ ਦੀ। ਇਸ ਦੇ ਨਾਲ ਪਤਾ ਲੱਗਦਾ ਹੈ ਕਿ ਇਹ ਦੋਨੇ ਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਿੰਨੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਤਾਜ਼ਾ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੀ ਫਰਟੀਲਿਟੀ ਰੇਟ ਯਾਨੀ ਕਿ ਜਨਮ ਦਰ ਹੈ 1.50%, ਯਾਨੀ ਕਿ ਕੈਨੇਡਾ ਦੀਆਂ ਔਰਤਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 1 ਤੋਂ 2 ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਉੱਥੇ ਹੀ ਆਸਟ੍ਰੇਲੀਆ ਦੀ ਜਨਮ ਦਰ ਹੈ ਨਵੇਂ ਅੰਕੜਿਆਂ ਦੇ ਅਨੁਸਾਰ 1.76%, ਯਾਨੀ ਕਿ ਇੱਥੋਂ ਦੀ ਜਨਮ ਦਰ ਕੈਨੇਡਾ ਨਾਲੋਂ ਥੋੜ੍ਹੀ ਜ਼ਿਆਦਾ ਹੈ, ਅਤੇ ਇੱਥੋਂ ਦੀਆਂ ਔਰਤਾਂ ਵੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 1 ਤੋਂ 2 ਬੱਚਿਆਂ ਨੂੰ ਹੀ ਜਨਮ ਦਿੰਦੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹ ਦੋਵੇਂ ਦੇਸ਼ਾਂ ਦੇ ਪੱਕੇ ਦੋਸਤ ਕਿਹੜੇ ਕਿਹੜੇ ਦੇਸ਼ ਹਨ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਅੱਜ ਦੇ ਦਿਨ 2 ਸਭ ਤੋਂ ਪੱਕੇ ਦੋਸਤ ਹਨ UK ਅਤੇ USA, ਯਾਨੀ ਕਿ ਇੰਗਲੈਂਡ ਅਤੇ ਅਮਰੀਕਾ। ਉੱਥੇ ਹੀ ਆਸਟ੍ਰੇਲੀਆ ਦੇ ਅੱਜ ਦੇ ਦਿਨ ਜਿਹੜੇ ਦੇਸ਼ ਪੱਕੇ ਦੋਸਤ ਹਨ ਉਹ ਹਨ ਜੀ ਨਿਊਜ਼ੀਲੈਂਡ, USA, ਜਪਾਨ ਅਤੇ ਸਿੰਗਾਪੁਰ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅਨਇੰਪਲਾਈਮੈਂਟ ਰੇਟਿੰਗ ਦੇ ਬਾਰੇ, ਯਾਨੀ ਕਿ ਦੋਵੇਂ ਦੇਸ਼ਾਂ ਦੇ ਵਿੱਚ ਕਿੰਨੇ % ਲੋਕ ਬੇਰੁਜ਼ਗਾਰ ਹਨ ਜਾਂ ਉਹਨਾਂ ਦੇ ਕੋਲ ਵਧੀਆ ਕੰਮ ਨਹੀਂ ਹੈ। ਕੈਨੇਡਾ ਦੇਸ਼ ਦੀ ਅਨਇੰਪਲਾਈਮੈਂਟ ਰੇਟਿੰਗ ਹੈ ਜੀ 5.67%, ਤੇ ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰ ਦਰ ਹੈ ਜੀ 4.43%। ਜੇਕਰ ਇਸ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਇਸ ਟਾਈਮ ਬੇਰੁਜ਼ਗਾਰੀ ਜ਼ਿਆਦਾ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਥੋੜ੍ਹੀ ਘੱਟ ਬੇਰੁਜ਼ਗਾਰੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਪੋਵਰਟੀ ਰੇਟ ਯਾਨੀ ਕਿ ਗਰੀਬੀ ਦਰ ਦੀ। ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਗਰੀਬੀ ਦਰ ਹੈ ਜੀ 8.7%, ਯਾਨੀ ਕਿ ਕੈਨੇਡਾ ਦੀ ਸਾਰੀ ਆਬਾਦੀ ਦੇ 8% ਲੋਕ ਬਹੁਤ ਜ਼ਿਆਦਾ ਗਰੀਬ ਹਨ, ਜਿਸ ਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਇਹ ਦੇਸ਼ ਕਾਫੀ ਮਹਿੰਗਾ ਹੈ। ਉੱਥੇ ਹੀ ਆਸਟ੍ਰੇਲੀਆ ਦੇਸ਼ ਦੇ ਅੰਕੜੇ ਤਾਂ ਹੋਰ ਵੀ ਕਾਫੀ ਹੈਰਾਨ ਕਰਨ ਵਾਲੇ ਹਨ, ਕਿਉਂਕਿ ਤਾਜ਼ਾ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਦੀ ਪਾਵਰਟੀ ਰੇਟਿੰਗ ਹੈ ਜੀ 13.6%, ਯਾਨੀ ਕਿ ਆਸਟ੍ਰੇਲੀਆ ਦੇਸ਼ ਦੀ ਟੋਟਲ ਆਬਾਦੀ ਦੇ 13% ਲੋਕ ਅਜਿਹੇ ਹਨ ਜਿਹੜੇ ਗਰੀਬੀ ਰੇਖਾ ਤੋਂ ਵੀ ਥੱਲੇ ਰਹਿੰਦੇ ਹਨ। ਇਹ ਅੰਕੜੇ ਸੱਚਮੁੱਚ ਕਾਫੀ ਹੈਰਾਨ ਕਰਨ ਵਾਲੇ ਨੇ। ਵੀਡੀਓ ਦੇ ਆਖਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਕਰੰਸੀ ਦੇ ਬਾਰੇ। ਕੈਨੇਡਾ ਦੇ ਵਿੱਚ ਚੱਲਣ ਵਾਲੀ ਕਰੰਸੀ ਕੈਨੇਡੀਅਨ ਡਾਲਰ ਹੈ, ਤੇ ਅੱਜ 1 ਕੈਨੇਡੀਅਨ ਡਾਲਰ ਦੇ ਇੰਡੀਆ ਦੇ ਵਿੱਚ ਬਣਦੇ ਨੇ ਜੀ 57 ਰੁਪਈਏ। ਉੱਥੇ ਆਸਟ੍ਰੇਲੀਆ ਦੇ ਵਿੱਚ ਚੱਲਣ ਵਾਲੀ ਕਰੰਸੀ ਹੈ ਜੀ ਆਸਟ੍ਰੇਲੀਅਨ ਡਾਲਰ, ਤੇ 1 ਆਸਟ੍ਰੇਲੀਅਨ ਡਾਲਰ ਦੇ ਇੰਡੀਆ ਦੇ ਵਿੱਚ ਬਣਦੇ ਨੇ ਅੱਜ ਦੇ ਟਾਈਮ 54 ਰੁਪਈਏ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚੋਂ ਕਿਹੜਾ ਦੇਸ਼ ਕਮਾਲ ਦਾ ਹੈ ਤੇ ਕਿਹੜਾ ਦੇਸ਼ ਵਧੀਆ ਹੈ, ਆਸਟ੍ਰੇਲੀਆ ਜਾਂ ਕੈਨੇਡਾ? ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਤੇ ਸਾਡੇ ਫੇਸਬੁੱਕ ਪੇਜ ਜੋ TV ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।